ਕਰੀਮ ਅੱਲਾ ਜਿਤਨੇ ਮੂਮਿਨ ਬੇਗੁਨਾਹ ਕੈਦ ਨੂੰ 14 ਸਾਲਾਂ ਤੱਕ ਕੈਦ ਦਾ ਵਾਸਤੇ ਇਹਨੂੰ ਕੈਦ ਰਹੀ ਅਤਾ ਫਰਮਾ ਸਰ ਲੱਖਾਂ ਦੀ ਹਿੱਕਾ ਦੁਆ ਸਾਰੇ ਵਾਰਸ ਹਕੀਕੀ ਇਮਾਮ ਜ਼ਮਾਨਾ ਅਲੈਹ ਸਲਾਮ ਦਾ ਜਲ ਜ਼ਹੂਰ ਫਰਮਾ ਅੱਲਾਹੁਮਾ ਸਲੀ ਅਲਾ ਮੁਹੰਮਦ ਬਾਵਾਜ਼ੇ ਬੁਲੰਦਰ ਸਲਵਾਤ ਪੜ੍ਹੋ ਕਾਫੀ ਸਾਰੇ ਬੈਠੇ ਹੋ ਉੱਚੀ ਆਵਾਜ਼ ਨਾਲ ਸਲਵਾਤ ਪੜ੍ਹੋ ਹੇ ਮਰ ਵਜਣਾ ਜੋਗ ਫਨਾ ਦੀ ਅੱਖ ਖੋਲ ਕੇ ਦੀਦ ਜਹਾਨ ਤੇ ਕਰ ਹੇ ਮਰ ਵਜਣਾ ਜੋਗ ਫਨਾ ਦੀ ਅੱਖ ਖੋਲ ਕੇ ਦੀਦ ਜਹਾਨ ਤੇ ਕਰ ਇੱਥ ਦੋ ਚਾਰ ਦਿਹਾੜੇ ਬਸ ਰਹਿਣ ਕਰਨੇ ਭਾਵੇਂ ਧੁੱਪ ਤੇ ਕਰ ਭਾਵੇਂ ਛਾਂ ਤੇ ਕਰ ਅੱਲਾ ਮਾਲ ਤੇ ਦੌਲਤ ਦੇ ਕੇ ਕੀ ਆਦਾ ਹੈ ਇੱਕੋ ਖਰਚ ਫਕਤ ਛੂੰ ਛਾਂ ਤੇ ਕਰ ਨਹੀਂ ਮੇਰਾ ਵੀਰ ਜੇ ਕਬਰ ਹਸ਼ਾਰ ਚ ਨਾ ਕੱਢਣਾ ਕੁਝ ਖਰਚ ਹੁਸੈਨ ਦੇ ਨਾਂ ਤੇ ਕਰ ਜਿਹਦੇ ਮੰਜ਼ਰ ਵਿੱਚ ਮਾਂ ਨਾਜਾਇਜ਼ ਇਸਰਾਰ ਔਲਾਦ ਕੁਜਾਏ ਕੁਲਾ ਨਾ ਥੇ ਜਿਹਦੇ ਮੰਜ਼ਰ ਵਿੱਚ ਮਾਂ ਨਾਜਾਇਜ਼ ਇਸਰਾਰ ਔਲਾਦ ਕੁਜਾਏ ਕੁਲਾ ਨਾ ਥੇ ਖਾ ਰਿਸਕ ਅਲੀ ਦੀ ਜੁੱਤੀ ਦਾ ਜਿਹੜਾ ਮੁਕਰੂ ਥੇ ਕੁਲਾ ਨਾ ਥੇ ਤਵੱਜੋ ਬੋਲਣੇ ਜਿਹਦੇ ਮੰਜ਼ਰ ਵਿੱਚ ਮਾਂ ਨਾਜਾਇਜ਼ ਇਸਰਾਰ ਔਲਾਦ ਕੁਜਾਏ ਕੁਲਾ ਨਾ ਥੇ ਖਾ ਰਿਸਕ ਅਲੀ ਦੀ ਜੁੱਤੀ ਦਾ ਜਿਹੜਾ ਮੁਕਰੂ ਥੇ ਕੁਲਾ ਨਾ ਥੇ ਜਿਹਦੀ ਖਿਲਕਤ ਪੂਰੀ ਇਸਰਾਰ ਥਿਵੇ ਊਂ ਇਲਮ ਸਿਖਾਏ ਕੁਲਾ ਨਾ ਥੇ ਮੈਂ ਪਿਆਦਾ ਜਬਰਾਇਲ ਦਾ ਉਹ ਉਸਤਾਦ ਹੈ ਵੀ ਤੇਰੇ ਭੋਕਾ ਨਾਲੋਂ ਕੋ ਕਿਆ ਥੀ ਸੀ ਤੂੰ ਭੋਂਕ ਅਲੀ ਕੋ ਤੇਰਾ ਕਿਆ ਵੰਜਣੇ ਬਦਨਾਮ ਤਾਂ ਤੇਰੀ ਮਾਂ ਥੀ ਸੀ ਮੈਂ ਦੱਸਣਾ ਚਾਹੁੰਦਾ ਇਹ ਮਕਾਮ ਹੈ ਕਿਆ ਇਸ ਮਕਾਮ ਦਾ ਮਕਾਮ ਕਿਆ ਹੈ ਤੁਸਾਂ ਵੱਡੇ ਖੁਸ਼ ਨਸੀਬ ਹੋ ਇਸ ਜਗ੍ਹਾ 'ਤੇ ਲੋਕ ਤਰਸ ਰਹਿਣ ਤੁਸਾਂ ਜਗ੍ਹਾ 'ਤੇ ਆ ਗਏ ਹੋ ਛੇਵੇਂ ਇਮਾਮ ਦੀ ਮਹਿਫਲ 'ਚ ਬੰਦਾ ਆਇਆ ਊਂ ਆਖਾਂ ਮੈਡਾ ਮੌਲਾ ਤੁਸਾਂ ਦੁਆ ਕਰੋ ਅੱਲਾਹ ਮੈਕੂੰ ਜੰਨਤ 'ਚ ਆਲਾ ਮਕਾਮ ਅਤਾ ਕਰੇ ਅੱਲਾਹ ਮੈਕੂੰ ਜੰਨਤ 'ਚ ਆਲਾ ਮਕਾਮ ਅਤਾ ਕਰੇ ਸਰਕਾਰ ਫਰਮਾਇਆ ਤੂੰ ਆਪਣੀ ਦੁਆ ਦਾ ਮੁਹਾਫਜ਼ਤ ਕਰ ਊਂ ਆਖਾਂ ਮੈਡਾ ਮੌਲਾ ਤੁਸਾਂ ਮੇਰੀ ਦੁਆ ਦੀ ਇਤਲਾਅ 'ਚ ਕਰੋ ਮੌਲਾ ਫਰਮਾਇਆ ਦੁਆ ਇਹ ਮੰਗੀ ਕਰ ਅੱਲਾਹ ਤੇਕੂੰ ਜੰਨਤ ਅੱਲਾਹ ਤੇਕੂੰ ਉਠਾ ਨਾ ਛੋੜੇ ਅੱਲਾਹ ਤੇਕੂੰ ਜੰਨਤ 'ਚੋਂ ਉਠਾ ਨਾ ਛੋੜੇ ਬੰਦਾ ਬੜਾ ਹੈਰਾਨ ਅਤੇ ਬੜਾ ਪਰੇਸ਼ਾਨ ਹੋ ਗਿਆ ਊਂ ਆਖਾ ਮੇਰਾ ਮੌਲਾ ਹਾਲੇ ਮੌਤ ਆਈ ਨਹੀਂ ਕਬਰ ਆਈ ਨਹੀਂ ਹਸ਼ਰ ਦਾ ਦੇਹ ਆਇਆ ਨਹੀਂ ਮੌਲਾ ਅੱਲਾਹ ਮੇਕੂ ਜੰਨਤ 'ਚ ਕਿਵੇਂ ਉੱਠੇ ਸੀ ਮੋਢੇ 'ਤੇ ਹੱਥ ਰੱਖੇ ਨੇ ਲਾਲ ਵਿਲਾਇਤ ਦੇ ਚਿਹਰੇ 'ਤੇ ਜਲਾਲ ਆਏ ਮੋਢੇ 'ਤੇ ਹੱਥ ਰੱਖ ਕੇ ਪੇ ਫਰਮਾਉਂਦੇ ਨੇ ਵਾਅਦਾ ਕੀਤਾ ਯਾਦ ਰੱਖ ਜੰਨਤ ਹੋਏ ਜਿੱਥੇ ਸਾਡਾ ਜ਼ਿਕਰ ਥੀਂਦਾ ਹੈ ਜਿਹੜੇ ਬੋਲ ਪਏ ਤੁਹਾਡੇ ਵਾਸਤੇ ਜੁਮਲਾ ਪੜ੍ਹਨਾ ਚਾਹੁੰਦਾ ਛੇਵਾਂ ਇਮਾਮ ਜਾਫਰ ਸਾਦਿਕ ਅਲੈਹ ਸਲਾਮ ਪਿਆ ਛੇਵਾਂ ਇਮਾਮ ਜਾਫਰ ਸਾਦਿਕ ਅਲੈਹ ਸਲਾਮ ਪਿਆ ਫਰਮਾਉਂਦਾ ਜਿਹੜਾ ਬੰਦਾ ਸਾਡੇ ਜ਼ਿਕਰ 'ਚ ਉੱਚੀ ਆਵਾਜ਼ ਨਾਲ ਵਾਹ ਵਾਹ ਕਰਦਾ ਹੈ ਉੱਚੀ ਆਵਾਜ਼ ਨਾਲ ਸੁਭਾਨ ਅੱਲਾ ਦੇ 70 ਕਦਮ 'ਤੇ ਵਹਿੰਦੇ ਹੋਏ ਬੰਦੇ ਕੋ ਪਤਾ ਲੱਗੇ ਜੋ ਆਲੇ ਮੁਹੰਮਦ ਦਾ ਜ਼ਿਕਰ ਥੀਂਦਾ ਪਈ ਹੈ ਜਦੋਂ ਦੁਨੀਆ ਛੁੜੇ ਸੀ ਕਬਰ 'ਚ ਸੀ ਫਰਿਸ਼ਤੇ ਆ ਕੇ ਸਵਾਲ ਕਰੇ ਸਨ ਸਵਾਲ ਦਾ ਜਵਾਬ ਉਹ ਬੰਦਾ ਨਾ ਦੇ ਸੀ ਉਹਦੀ ਜਹਾਤ ਜਾਂ ਮੈਂ ਜਾਂ ਫਿਰ ਸਾਦਿਕ ਦੇ ਸਾਂ ਜਾਂ ਮੇਰਾ ਦਾਦਾ ਆਲੀ ਦੇ ਸੀ ਦੁਆ ਮੰਗੀ ਕਰੋ ਇਨਸ਼ਾਅੱਲਾ ਪਿਓ ਐਡਾ ਮਜਬੂਰ ਨਾ ਹੋਵੇ ਸਦਕੇ ਬਿਸਮਿਲ੍ਲਾ ਕਰਾਂ ਦੁਆ ਮੰਗੀ ਕਰੋ ਇਨਸ਼ਾਅੱਲਾ ਪਿਓ ਐਡਾ ਮਜਬੂਰ ਨਾ ਹੋਵੇ ਜੋ ਧੀ ਕੋ ਹੱਥਾਂ ਨਾਲ ਮਰੀਂਦਾ ਨਾ ਦੇਖੇ ਇਹ ਜ਼ਾਲਿਮ ਚੌਥਾ ਤਜ਼ਿਆ ਨਾ ਮਰਿੰਦਾ ਪਈ ਹੁਸੈਨ ਹੱਥ ਛੁੜਾ ਕੇ ਆਦੇ ਮਾਰ ਨਹੀਂ ਘਿਨ ਵਾਂਝ ਸਦਕੇ ਮੈਂ ਕਈ ਨਾਦ ਕੁਰਬਾਨ ਕਰ ਛੋੜਾਂ ਇਹ ਜ਼ਾਲਿਮ ਪੰਜਵਾਂ ਤਜ਼ਾਨਾ ਮਰੇ ਹੁਸੈਨ ਦੀ ਲਾਸ਼ ਤੜਪੀਏ ਅਤੇ ਕੱਪੀਆਂ ਰਗਾਂ 'ਚ ਆਵਾਜ਼ ਪਈ ਆਉਂਦੀ ਹੈ ਕਮੀਨਾ ਹਯਾ ਕਰ
ਅੱਗੇ ਧੀ ਦੇ ਸਾਹਮਣੇ ਮੈਂ ਕੂ ਮਰਿੰਦਾ ਰਹੀਂ, ਹੁਣ ਮੇਰੇ ਸਾਹਮਣੇ ਮੇਰੀ ਧੀ ਕੋ ਨਾ ਮਾਰ। ਸਦਕੇ ਬਿਸਮਿਲ੍ਲਾ ਕਰਾਂ, ਇਨਸ਼ਾਅੱਲਾ ਧੀਆਂ ਦੇ ਪਰਦੇ ਸਲਾਮਤ ਹੋਣੇ। ਕਾਫਲਾ ਟੁਰ ਪਿਆ, ਕੋਈ ਬਾਲ ਮਾਮਲ ਤੂੰ ਜਣ ਪਵਿਆ, ਅਤੇ ਪਿੱਛਾ ਮੁੜ ਕੇ ਦੇਖਣ ਹੀ ਨਾ ਦਿੰਦੇ, ਅਤੇ ਕਿੱਥਾਂ ਹੀ ਹੁਸੈਨ ਦੀ ਜ਼ਖਮੀ ਕੰਨਾਂ ਵਾਲੀ ਧੀ ਰਹਿ ਵਣੀ ਆ। ਆਪ ਗਿਣਾਂ ਦਿਆਂ, ਇਹ ਹੁਸੈਨ ਦੀ ਧੀ ਦਾ ਆਪਣਾ ਬਿਆਨ ਹੈ। ਦੂ ਸਤਰੇ 'ਚ ਪਹਾੜੇ ਮਸੈਬ ਦਾ ਬੀਬੀ ਪਿਆ ਜੀ, ਮੈਂ ਦੌੜ ਅਤੇ ਊਠੋਂ ਸੇ ਕਈ ਬਾਰ ਗਰੀ ਹੂੰ, ਮੈਂ ਦੌੜ ਅਤੇ ਊਠੋਂ ਸੇ ਕਈ ਬਾਰ ਗਰੀ ਹੂੰ। ਬੀਬੀ ਪਿਆ ਜੀ, ਮਾਰਾ ਹੈ ਮੁਝੇ ਸ਼ਿਮਰ ਨੇ ਹਰ ਬਾਰ ਉਠਾ ਕਰ। ਸਦਕੇ ਬਿਸਮਿਲ੍ਲਾ ਕਰਾਂ, ਹੁਸੈਨ ਦੀ ਧੀ ਉੱਠੀ, ਖਾ ਵਿੱਚ ਬਾਬਾ ਮਿਲੇ, ਇਤਨਾ ਉੱਚਾ ਰੁਨੀ ਹੈ ਜੋ ਸ਼ਾਮ ਦੀ ਨਗਰੀ ਹਲ ਗਈ ਹੈ। ਇਹ ਕਮੀਨੇ ਦਾ ਤਖ਼ਤ ਹਲੇ, ਇਹ ਕਮੀਨਾ ਪੁੱਛਦੇ ਸਿਪਾਹੀਆਂ ਤੂੰ ਕਿਆਮਤ ਆ ਗਈ ਹੈ? ਅਦਨ ਨਹੀਂ, ਅਦੇ ਜ਼ਮੀਨ ਕਿਉਂ ਪਈ ਹਲਦੀ ਹੈ? ਅਦਨ ਹੁਸੈਨ ਦੀ ਧੀਏ, ਜਿਹਦਾ ਸੰਨ 4 ਸਾਲ ਹੈ, ਖਾ ਵਿੱਚ ਬਾਬਾ ਡਿੱਠਸ, ਜੇ ਤਾਈਂ ਬਾਬੇ ਦਾ ਸਰ ਸਾਹਮਣੇ ਨਾ ਵੇਸੀ ਚੁੱਪ ਨਾ ਕਰੇ ਸੀ। ਇਹ ਆਖੇ ਜਲਦੀ ਕਰੋ, ਹੁਸੈਨ ਦਾ ਸਰ ਜ਼ਿੰਦਾਨ ਵਾਲੇ ਪਾਸੇ ਗਿਣ ਵਣੋ। ਸਿਪਾਹੀਆਂ ਹੁਸੈਨ ਦਾ ਸਰ ਜਾਏ, ਅੱਲਾ ਜਾਣੇ ਕਿਹੜੇ ਰੰਗ ਚਾਏ, ਸਰ ਚਾ ਕੇ ਜ਼ਿੰਦਾਨ ਦੇ ਦਰ 'ਤੇ ਆਣ। ਉੱਚੀ ਹਕਲ ਮਾਰ ਗਿਆ ਦਿਨ ਸਜਾ, ਬਾਬਾ ਮਿਲਣ ਆਏ, ਬਿਮਾਰ ਤ੍ਰੈ ਦਫ਼ਾ ਬੈਠਈਏ ਵਤ ਉਠਈਏ, ਕੜੀਆਂ ਲੈ ਹੱਥ ਵਧਾ ਗਿਆ ਦਇਆ, ਆਓ ਮੇਰਾ ਕਰ ਭਲਾ ਦਾ ਤਸਾ ਬਾਬਾ, ਆਓ ਮੇਰਾ ਸ਼ਾਮ ਦਾ ਕਹਿਦੀ ਬਾਬਾ, ਮਾਤਮੀ ਅਜ਼ਾਦਰੋਂ। ਸਿਪਾਹੀਆਂ ਹੁਸੈਨ ਦਾ ਸਰ ਸਜਾ ਦੇ ਹੱਥਾਂ 'ਤੇ ਰੱਖੇ, ਸਜਾ ਦੀ ਆਵਾਜ਼ ਪਈ ਆਉਂਦੀ ਹੈ, ਮੁਹੰਮਦ ਬਾਕਰ ਜਲਦੀ ਕਰ, ਮੇਰੇ ਬਾਬੇ ਦੇ ਸਰ ਤੂੰ ਰੁਮਾਲ ਹਟਾ, ਮੁਹੰਮਦ ਬਾਕਰ ਰੁਮਾਲ ਹਟਾਏ, ਸੱਜੇ ਦੀਆਂ ਜ਼ੁਲਫਾਂ ਖੱਬੇ ਆਏਨ, ਖੱਬੇ ਦੀਆਂ ਜ਼ੁਲਫਾਂ ਸੱਜੇ ਆਏਨ। ਸਦਕੇ ਬਿਸਮਿਲ੍ਲਾ ਕਰਾਂ, ਮਾਤਮੀ ਅਦਾਦਰ ਪਿਓ ਦੇ ਲੱਭਾਂ 'ਤੇ ਬੋਸਾ ਦੇ ਗਿਆ ਦੇ ਬਾਬਾ, ਕਿਵੇਂ ਵਧਾ ਨਿਭੈਨ। ਹੁਸੈਨ ਦੀ ਆਵਾਜ਼ ਆਉਂਦੀ ਹੈ, ਸਜਾਦ ਮੇਰੇ ਦੁੱਖ ਨਾ ਪੁੱਛ, ਤੂੰ ਆਪਣਾ ਦਰਦ ਸੁਣਾ, ਅੱਲਾ ਗਵਾਏ ਮਾਤਮੀ ਅਜ਼ਾਦਰੋਂ। ਉਸਲੇ ਸਜਾਦ ਦੀ ਰਤ ਵੱਧ ਗਈ ਹੈ, ਰੋ ਗਿਆ ਦੇ ਬਾਬਾ ਕਿਹੜਾ ਦਰਦ ਸੁਣਾਵਾ, ਨਿੱਠੀ ਮਾਂ ਟੁਰਦੀ ਬਗੈਰਤ ਵਿੱਚ, ਅਤੇ ਮੇਰੀ ਅੱਖੀਆਂ ਰੰਗ ਬਦਲਾਏ, ਡਿੱਠੇ ਵੀਰ ਦੇ ਕਾਤੇ ਹਾਇਓ ਕੁਰਸੀਆਂ 'ਤੇ ਗਈ ਦਿਹਾੜੀ ਰੰਗ ਬਦਲਾਏ, ਪਿਓ ਦਾ ਸਰ ਚਾਏ ਉੱਥਾਂ ਜਿੱਥਾਂ ਮਸੂਮਾਂ ਬੈਠੀ ਆਈ, ਹੱਕਲ ਮਾਰ ਗਿਆ ਦੇ ਮਸੂਮਾਂ, ਬਾਬਾ ਮਿਲਣ ਆਏ, ਅੱਲਾ ਗਵਾ ਮਾਤਮੀ ਅਜ਼ਾਦਰੋਂ। ਜਿਹੜੇ ਧੀਆਂ ਦੇ ਪਿਓ ਬੈਠੇ ਹੋ, ਮਸੂਮਾਂ ਇਵੇਂ ਆਈਏ ਜਿਵੇਂ ਝਿੱਕ ਵਾਲੇ ਪਾਸੇ ਪਾਣੀ ਆਉਂਦਾ, ਹੌਲੇ ਹੌਲੇ ਆਦੀਏ ਬਾਬਾ ਮੈਂ ਰੁੱਲ ਗਈਆਂ। ਸਦਕੇ ਵਹਿਣ ਵਹਿਣ ਕਰ ਕਰੋ, ਬਿਸਮਿਲ੍ਲਾ ਕਰਾਂ ਦੀਏ, ਬਾਬਾ ਮੈਂ ਰੁੱਲ ਗਈਆਂ, ਮੇਰੀ ਮਾਂ ਦੀ ਆਵਾਜ਼ ਆਉਂਦੀ ਹੈ, ਮਸੂਮਾਂ ਮੈਂ ਕੋ ਆਪਣੇ ਦੁੱਖਾਂ ਦਾ ਹਾਲ ਸੁਣਾ, ਰੁਨੀਏ ਮੇਰੀ ਸੈਣ ਤਾਂ ਰੋ ਕੇ ਆਦੀਏ, ਰੁਕ ਸਾਰ ਗਵਾ ਹੇਨ ਧੀ ਤੇਰੀ ਦੇ, ਜਿਹੜੇ ਜ਼ਾਲਮ ਜ਼ੁਲਮ ਕਮਾਏ, ਰੋ ਕੇ ਆਦੀਏ ਪਹਿਲੇ ਦੌਰ ਲਾਏ, ਵੱਤ ਚਾਦਰਾਂ ਲੁੱਟੀਆਂ
ਪਿੱਛੇ ਖੇਵੇ ਆਣ ਜਲਾਏ ਹੁਸੈਨ ਦੀ ਆਵਾਜ਼ ਆਉਂਦੀ ਹੈ ਮੇਰੀ ਧੀ ਗੋਬੀਆ ਦਰ ਸੁਣਾ ਆਦੀਏ ਬਾਬਾ ਬਿਆ ਇਹ ਜਦਰ ਦੇ ਜਿਹੜਾ ਮੈਂ ਕਬਰ ਚ ਰੋਸਾਂ ਹੁਸੈਨ ਦੀ ਆਵਾਜ਼ ਆਉਂਦੀ ਹੈ ਮੇਰੀ ਧੀ ਬਿਆ ਕਿਹੜਾ ਦਰਦ ਹੈ ਜਿਹੜਾ ਕਬਰ ਚ ਰੋਏ ਸੀ ਰੁਨੀਆਂ ਤੇ ਰੋ ਗਿਆ ਦੀਏ ਬਾਬਾ ਅਲੀ ਅਕਬਰ ਦੀ ਜਹਾਂਗੀਰ ਦੇ ਵਿੱਚ ਮੈਨੂੰ ਸ਼ਿਮਰ ਤਮਾ ਜੇ ਮਾਰੇ ਮੈਂ ਤੇਰੀ ਲਾਸ਼ ਕੋ ਹੱਥ ਮਾਤਮੀ ਅਜ਼ਾਦਰ ਇੱਕ ਵਹਿਣ ਕਰਨਾ ਮਾਤਮ ਅੱਲਾ ਖੂਨ ਦੀ ਕਲਮ ਨਾਲ ਲਿਖੋ ਹੈ ਹੁਸੈਨ ਦੀ ਧੀ ਦੁਨੀਆ ਛੋੜੀ ਹੁਸੈਨ ਦੀ ਧੀ ਕਬਰ 'ਚ ਆਈ ਹੁਸੈਨ ਦੀ ਧੀ ਦੀ ਕਬਰ 'ਚ ਪਾਣੀ ਆਉਂਦਾ ਆਈ ਇਬਰਾਹੀਮ ਦੀ ਧੀਆਂ ਕੋ ਖਾਬ 'ਚ ਮਿਲੀ ਪਿਓ ਕੋ ਆਖੋ ਮੈਂ ਕੋ ਪਾਣੀ ਚੰਗਾ ਨਹੀਂ ਲੱਗਦਾ ਜਾਂ ਕਬਰ ਬਈ ਬਣਵਾਵੇ ਜਾਂ ਪਾਣੀ ਬੰਦ ਕਰਵਾਵੇ ਮਾਤਮੀਓ ਕੱਛੀ ਦੀ ਆਜ਼ਾਦ ਰਹੋ ਕਾਇਨਾਤਾਂ ਲੱਗ ਗਈਆਂ ਪਰਦੇ ਦਾ ਇੰਤਜ਼ਾਮ ਥੀ ਗਿਆ ਸ਼ੀਆ ਸੁਨੀ ਉਲਮਾ ਇਕੱਠੇ ਥੇ ਇਬਰਾਹੀਮ ਦੀਆਂ ਧਰੇ ਦੀਆਂ ਹੁਸੈਨ ਦੀ ਧੀ ਦੀ ਕਬਰ 'ਚ ਲੱਥੀਆਂ ਪਈਏ ਪਹਿਲੇ ਦੀਦ ਤੇ ਮੂੰਹ ਨਿਕਲੇ ਹਾਏ ਸਕੀਨਾ ਜਲਦੀ ਨਾਲ ਬਾਹਰ ਆਈਏ ਇਬਰਾਹੀਮ ਪੁੱਛਦੇ ਮੇਰੀਆਂ ਧੀਆਂ ਮੇਕੂ ਦੱਸੋ ਹੁਸੈਨ ਦੀ ਧੀ ਕਫਨ ਪਾਤੀ ਪਈਏ ਸਦਕੇ ਵਹਿਣ ਵਹਿਣ ਕਰ ਕਰੋ ਹੁਸੈਨ ਦੀ ਧੀ ਕਫਨ ਪਾਤੀ ਪਈਏ ਇਬਰਾਹੀਮ ਦੀ ਧੀ ਵੱਡੀ ਰੁਣੀਏ ਤਾਂ ਰੋ ਕੇ ਜਿਹੜੀ ਪਿਓ ਨਾਲ ਗੱਲ ਕੀਤੀ ਹੈ ਰੋ ਕੇ ਆਦੀਏ ਤੂੰ ਕਫਨ ਦਾ ਪੁੱਛਦਾ ਹੈ ਬਾਬਾ ਅਸਾਂ ਡਿੱਠੀਆਂ ਬਹੁ ਬੇਕਸੀਆਂ ਹੈ ਜਿਹੜੀ ਛੋਟੀ ਕਹਿ ਦੇਣ ਹੁੱਲ ਗਈ ਹਾਈ ਉਹਦੇ ਗੱਲ ਵਿੱਚ ਹੁਣ ਤਈ ਰਸੀਆਂ ਹੈ ਮਾਤਮੀਆਂ ਦਾਦਰ ਇਬਰਾਹੀਮ ਦੀ ਆਵਾਜ਼ ਆਉਂਦੀ ਹੈ ਮੇਰੀਆਂ ਧੀਆਂ ਇਬਰਾਹੀਮ ਦੀ ਆਵਾਜ਼ ਆਉਂਦੀ ਹੈ ਮੇਰੀਆਂ ਧੀਆਂ ਹੁਸੈਨ ਦੀ ਧੀ ਦੀ ਕਬਰ 'ਚ ਲਹਿ ਵਨੋ ਆਖੋ ਬੀਬੀ ਸਗੂ ਰਸੀਆਂ ਖੋਲਣ ਡੇ ਇਬਰਾਹੀਮ ਦੀਆਂ ਧੀਆਂ ਕਬਰ 'ਚ ਲੱਥੀਆਂ ਹੱਥ ਬਨ ਕੇ ਆਦੀਆਂ ਨੇ ਬੀਬੀ ਮਿੰਨਤ ਲਾ ਸਗੂ ਰਸੀਆਂ ਖੋਲਣ ਡੇ ਮੇਰੀ ਸੈਣ ਦਾ ਮਈਆ ਤੜਪੈ ਤਾਂ ਮਈਆ ਦੇ 'ਚੋਂ ਆਵਾਜ਼ ਪਿਆਂਦਾ ਏ ਉਹ ਨਾ ਖੋਲੇ ਰਸੀਆਂ ਭੈਣ ਮੇਰੀ ਏ ਚਾਚੇ ਕੋ ਲਿਖ ਲੈ ਸਾਮੇ ਉਹ ਜਿਹੜਾ ਸਾਰੇ ਵਿੱਚ ਮਾਰਿਆ ਨੇ ਹਰ ਜ਼ੁਲਮ ਦੀ ਖਬਰ ਸੁਣੇ ਸਾਮ ਮਾਤਮੀ ਆਜ਼ਾਦਰੋਂ ਹੁਣ ਇਬਰਾਹੀਮ ਦੀ ਛੋਟੀ ਦੀ ਅੱਗਾਂ ਵਧੀਏ ਇਹ ਤੇ ਵੱਡੀ ਮਸਾਹਿਬ ਦੀ ਸੱਤਰ ਕੋਈ ਨਹੀਂ ਵਜੇ ਮਾਤਮ ਕਰਨ ਵੇ ਤਾਂ ਮਾਰੇ ਲਿਖਾ ਹੈ ਮਾਤਮੀ ਆਜ਼ਾਦਰ ਇਬਰਾਹੀਮ ਦੀ ਛੋਟੀ ਦੀ ਅੱਗਾਂ ਵਧੀਏ ਹੱਥ ਬਨ ਕੇ ਆਦੀਏ ਬੀਬੀ ਅੱਲਾ ਦੇ ਨਾਂ ਤੇਰੇ ਸਾਹ ਤੇਰੇ ਰੁਖਸਾਰ ਜ਼ਖਮੀ ਕਿਉਂ ਹੈ ਨਾ ਰੁਨੀਏ ਮੇਰੀ ਸੈਣ ਤੇ ਰੋ ਕੇ ਆਦੀਏ ਉਹ ਮੈਂ ਬਾਬੇ ਦੇ ਮੂੰਹ ਦੋ ਦੇ ਦੀ ਹਮ ਮੈਂ ਦੇ ਮੂੰਹ ਤੇ ਜ਼ੁਲਮ ਕਰਦੇ ਹਨ ਉਹ ਜਿੱਥ ਥੱਕ ਕੇ ਮੈਂ ਰਹਿ ਵੈਂਦੀ ਹਾਂ ਮੈਂ ਕੁਝ ਝਿਣਕਾਂ ਨਾਲੇ ਉੱਠੇ